ਜਦ ਅਸੀਂ ਦੇਖਦੇ ਹੋਏ ਵੀ ਕਿਸਾਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਨੇ ਉੱਥੇ ਪਾਣੀ ਦੀ ਬਹੁਤ ਘਾਟ ਹੈ ਤਾਂ ਅਸੀਂ ਸੋਚਿਆ ਵੀ ਇੱਕ ਯੂਨਿਟੀ ਬਣਾ ਕੇ ਅਸੀਂ ਉੱਥੇ ਪਾਣੀ ਦੀ ਸੇਵਾ ਕਰੀਏ ਤੇ ਰਾਤੋ ਰਾਤ ਇੱਕ ਪੋਸਟਰ ਸ਼ੇਅਰ ਕੀਤਾ ਤੇ ਉਹ ਬਹੁਤ ਵਧੀਆ ਜ਼ਿਆਦਾ ਲੋਕਾਂ ਨੇ ਸ਼ੇਅਰ ਕਰਿਆ ਤੇ ਜਦੋਂ ਅਸੀਂ ਉਰੇ ਪਹੁੰਚੇ ਟਰਾਲੀ ਲੈ ਕੇ ਤਾਂ ਲੋਕਾਂ ਦਾ ਵਧੀਆ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਬਹੁਤ ਸਪੋਰਟ ਕੀਤੀ ਤੇ ਅਸੀਂ ਸੋਚੇ ਸੀ ਵੀ ਦੋ ਟਰਾਲੀਆਂ ਹੋ ਜਾਣਗੀਆਂ ਪਰ ਇੱਥੇ ਚਾਰ ਟਰਾਲੀਆਂ ਜੋ ਸਾਨੂੰ ਲੋਕਾਂ ਵੱਲੋਂ ਵਧੀਆ ਸਹਿਯੋਗ ਦਿੱਤਾ ਗਿਆ ਤੇ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹ ਕਿਸਾਨ ਮੋਰਚੇ ਨੂੰ ਚੱਲਦਾ ਰਹਿਣਾ ਚਾਹੀਦਾ ਤੇ ਅਸੀਂ ਪੂਰੀ ਸਪੋਰਟ ਕਰਾਂਗੇ ਪਿੱਛੋਂ ਤੇ ਬਾਰ ਬਾਰ ਟਰਾਲੀਆਂ ਇੱਥੋਂ ਭੇਜਦੇ ਰਹਾਂਗੇ ਜੋ ਜੋ ਉੱਥੇ ਲੋੜ ਹੋਊਗੀ। ਦੇਖੋ ਜੀ ਸੰਗਰੂਰ ਦੇ ਲੋਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੱਧ ਉਹਨਾਂ ਨੇ ਸਹਿਯੋਗ ਦਿੱਤਾ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਦੇ। ਸੋਸ਼ਲ ਮੀਡੀਆ ਤੇ ਨੌਜਵਾਨਾਂ ਨੇ ਪਾਈ ਸੀ ਇੱਕ ਪੋਸਟ, ਮੰਗੀ ਸੀ ਮਦਦ ਕਿਸਾਨੀ ਅੰਦੋਲਨ ਲਈ। ਵੇਖਦੇ ਹੀ ਵੇਖਦੇ ਲੋਕਾਂ ਵੱਲੋਂ ਕੀਤੀ ਗਈ ਵੱਡੀ ਮਦਦ। ਦੇਸ਼ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਨੂੰ ਹਰ ਵਰਗ ਦਾ ਪਿਆਰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਹਰ ਵਰਗ ਵੱਲੋਂ ਕਿਸਾਨੀ ਅੰਦੋਲਨ ਲਈ ਸਹਾਇਤਾ ਭੇਜੀ ਜਾ ਰਹੀ ਹੈ। ਸੰਗਰੂਰ ਵਿੱਚ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਗਈ ਕਿ ਦਿੱਲੀ ਵਿੱਚ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉੱਥੇ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਤੋਂ ਬਾਅਦ ਵੇਖਦੇ ਹੀ ਵੇਖਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਪਾਣੀ ਦੀ ਸੇਵਾ ਕੀਤੀ ਗਈ ਅਤੇ ਪੈਕ ਵਾਟਰ 'ਤੇ ਟਰਾਲੀਆਂ ਭਰੀਆਂ ਗਈਆਂ। ਕੈਮਰੇ ਅੱਗੇ ਬੋਲਦਿਆਂ ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਨੂੰ ਹੁਣ ਸਰਕਾਰ ਨੇ ਪਾਣੀ ਵੀ ਬੰਦ ਕਰ ਦਿੱਤਾ ਹੈ, ਜਿਸ ਦੇ ਚੱਲਦੇ ਪਾਣੀ ਭੇਜਣ ਲਈ ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਮਦਦ ਮੰਗੀ ਗਈ ਸੀ ਅਤੇ ਸੰਗਰੂਰ ਦੇ ਲੋਕਾਂ ਵੱਲੋਂ ਵੱਡਾ ਪਿਆਰ ਦਿੱਤਾ ਗਿਆ ਹੈ। ਮੇਰਾ ਨਾਮ ਕੁਲਕਰਨ ਸਿੰਘ ਹੈ ਜੀ। ਕੁਲਕਰਨ ਸਿੰਘ ਜੀ, ਕਿੱਦਾਂ ਦਾ ਤੁਸੀਂ ਪੋਸਟ ਸ਼ੇਅਰ ਕੀਤੀ, ਪੋਸਟ ਵੱਲੋਂ ਹੁੰਗਾਰਾ ਮਿਲਿਆ, ਜਿਹੜੀ ਪਾਣੀ ਦੀ ਸੇਵਾ ਜਿੰਨੀ ਤੁਸੀਂ ਉਮੀਦ ਕੀਤੀ? ਜਦ ਅਸੀਂ ਦੇਖਦੇ ਹੋਏ ਵੀ ਕਿਸਾਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਨੇ ਉੱਥੇ ਪਾਣੀ ਦੀ ਬਹੁਤ ਘਾਟ ਹੈ ਤਾਂ ਅਸੀਂ ਸੋਚਿਆ ਵੀ ਇੱਕ ਯੂਨਿਟੀ ਬਣਾ ਕੇ ਅਸੀਂ ਉੱਥੇ ਪਾਣੀ ਦੀ ਸੇਵਾ ਕਰੀਏ ਤੇ ਅਸੀਂ ਰਾਤੋ ਰਾਤ ਇੱਕ ਪੋਸਟਰ ਸ਼ੇਅਰ ਕੀਤਾ ਤੇ ਉਹ ਬਹੁਤ ਵਧੀਆ ਜ਼ਿਆਦਾ ਲੋਕਾਂ ਨੇ ਸ਼ੇਅਰ ਕਰਿਆ ਤੇ ਜਦੋਂ ਅਸੀਂ ਉਰੇ ਪਹੁੰਚੇ ਟਰਾਲੀ ਲੈ ਕੇ ਤਾਂ ਲੋਕਾਂ ਦਾ ਵਧੀਆ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਬਹੁਤ ਸਪੋਰਟ ਕੀਤੀ ਤੇ ਅਸੀਂ ਸੋਚੇ ਸੀ ਵੀ ਦੋ ਟਰਾਲੀਆਂ ਹੋ ਜਾਣਗੀਆਂ ਪਰ ਇੱਥੇ ਚਾਰ ਟਰਾਲੀਆਂ ਜੋ ਸਾਨੂੰ ਲੋਕਾਂ ਵੱਲੋਂ ਵਧੀਆ ਸਹਿਯੋਗ ਦਿੱਤਾ ਗਿਆ ਤੇ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹ ਕਿਸਾਨ ਮੋਰਚੇ ਨੂੰ ਚੱਲਦਾ ਰਹਿਣਾ ਚਾਹੀਦਾ ਤੇ ਅਸੀਂ ਪੂਰੀ ਸਪੋਰਟ ਕਰਾਂਗੇ ਪਿੱਛੋਂ ਤੇ ਬਾਰ ਬਾਰ ਟਰਾਲੀਆਂ ਇੱਥੋਂ ਭੇਜਦੇ ਰਹਾਂਗੇ ਜੋ ਜੋ ਉੱਥੇ ਲੋੜ ਹੋਊਗੀ। ਦੇਖੋ ਜੀ ਸੰਗਰੂਰ ਦੇ ਲੋਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੱਧ ਉਹਨਾਂ ਨੇ ਸਹਿਯੋਗ ਦਿੱਤਾ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਦੇ। ਅੱਜ ਅੱਜ ਕਿੱਦਾਂ ਦਾ ਲੱਗ ਰਿਹਾ ਪਾਣੀ ਦੀ ਸੇਵਾ ਇੱਥੇ ਲੋਕ ਕਰ ਰਹੇ ਨੇ, ਤੁਸੀਂ ਕਰ ਰਹੇ ਹੋ, ਪਾਣੀ ਦਿੱਲੀ ਲੈ ਕੇ ਜਾ ਰਹੇ ਹੋ? ਦੇਖੋ ਵੀਰ ਜੀ, ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਦਿੱਲੀ ਸੰਘਰਸ਼ ਦੇ ਵਿੱਚ ਸਾਡੀ ਕਿਸਾਨੀ ਦੀ ਹੋਂਦ ਨੂੰ ਬਚਾਉਣ ਦੇ ਲਈ ਸਾਡੇ ਯੋਧੇ ਨੇ ਡਟੇ ਹੋਏ ਨੇ ਤੇ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ 20 ਰੁਪਿਆਂ ਤੋਂ ਸ਼ੁਰੂ ਹੋਇਆ ਸੀ ਇਹ ਲੰਗਰ ਤੇ ਅੱਜ ਤੁਸੀਂ ਦੇਖੋ ਕਿੱਥੇ ਤੋਂ ਕਿੱਥੇ ਤੱਕ ਪਹੁੰਚਿਆ ਹੈਗਾ। ਇੰਟਰਨੈਸ਼ਨਲ ਤੌਰ 'ਤੇ ਵੀ ਸੰਗਤਾਂ ਸਹਿਯੋਗ ਦੇ ਰਹੀਆਂ ਨੇ ਤੇ ਪਿੰਡ ਦੀ ਗਲੀ ਗਲੀ 'ਚੋਂ ਵੀ ਬੱਚਾ ਇਸ ਸੰਘਰਸ਼ ਦੇ ਵਿੱਚ ਜਟਿਆ ਹੋਇਆ ਹੈਗਾ। ਅੱਜ ਸਾਡੀ ਮੈਂਬਰਾਂ ਵੱਲੋਂ, ਸਾਡੇ ਯੂਥ ਵੱਲੋਂ, ਨੌਜਵਾਨਾਂ ਵੱਲੋਂ ਅੱਜ ਇੱਥੇ ਪਾਣੀ ਦਾ ਜਿਹੜਾ ਲੰਗਰ ਹੈ ਜੋ ਦਿੱਲੀ ਸੰਘਰਸ਼ ਵਿੱਚ ਜਾਣਾ ਹੈ ਉਹ ਇੱਥੇ ਉਹਦੀ ਸੇਵਾ ਦੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਸਹਿਯੋਗ ਹੈ ਜਿਹੜਾ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸ਼ਖਸੀਅਤਾਂ ਵੀ ਦੇ ਰਹੀਆਂ ਨੇ। ਸੋ ਸ਼ਬਦ ਬਹੁਤ ਘੱਟ ਪੈ ਰਹੇ ਨੇ ਉਹਨਾਂ ਦੇ ਧੰਨਵਾਦ ਦੇ ਲਈ ਅਤੇ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਇਹੀ ਅਪੀਲ ਹੈ ਵੀਰ ਜੀ ਕਿ ਵੱਧ ਤੋਂ ਵੱਧ ਅੱਗੇ ਆਓ ਅਤੇ ਜਿੰਨਾ ਬਣਦਾ, ਜਿੰਨੀ ਸ਼ਰਧਾ ਸਮਾਲ ਹੈ, ਉਹਨਾਂ ਇਸ ਮਹਾਂਯੱਗ ਦੇ ਵਿੱਚ ਹਿੱਸਾ ਪਾਓ। ਕਹਿਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਆਮ ਲੋਕਾਂ ਦਾ ਕਿਸਾਨਾਂ ਨੂੰ ਪਿਆਰ ਮਿਲ ਰਿਹਾ ਹੈ, ਕੇਂਦਰ ਦੀ ਮੋਦੀ ਸਰਕਾਰ ਕਦੋਂ ਇਹਨਾਂ ਖੇਤੀ ਬਿੱਲਾਂ ਨੂੰ ਰੱਦ ਕਰੇਗੀ?